6 sum evaluate ਆਪਾਂ ਨੂੰ ਫਿਰ ਦੇਖੋ ਪਹਿਲੇ ਹੀ ਨਜ਼ਰ ਆ ਰਿਹਾ ਬਟ ਇਹਦੇ ਵਿੱਚ ਡਬਲ ਪਾਵਰਸ ਨੇ ਇਸ ਚੀਜ਼ ਦਾ ਧਿਆਨ ਰੱਖਣਾ ਹੈ ਬਟ ਅਸੀਂ ਪਹਿਲਾਂ ਤੋਂ ਹੀ ਪੜ ਚੁੱਕੇ ਹਾਂ ਬੋਡਮਸ ਦਾ ਰੂਲ ਸਾਨੂੰ ਸਿਖਾਉਂਦਾ ਹੈ ਕਿ ਸਭ ਤੋਂ ਪਹਿਲਾਂ ਅਸੀਂ ਬ੍ਰੈਕਟ ਸੋਲਵ ਕਰਦੇ ਹਾਂ ਤਾਂ ਬ੍ਰੈਕਟ ਵਿੱਚ ਅਸੀਂ ਪਹਿਲਾਂ ਇੰਟਰਨਲ ਬ੍ਰੈਕਟ ਸੋਲਵ ਕਰਦੇ ਹਾਂ ਦੈਟ ਮੀਨਸ ਸਭ ਤੋਂ ਪਹਿਲਾਂ ਅਸੀਂ ਅੰਦਰ ਸੋਲਵ ਕਰਾਂਗੇ ਜਿਹੜੀ ਟਰਮ ਸਾਨੂੰ ਅੰਦਰ ਬ੍ਰੈਕਟ ਦਿੱਤੀ ਹੈ ਤਾਂ ਸਾਨੂੰ ਨਜ਼ਰ ਆ ਰਿਹਾ ਉਹ ਪਾਵਰ ਕਾਦੀ ਹੈ ਨੈਗੇਟਿਵ ਹੈ ਦੈਟ ਮੀਨਸ ਅਸੀਂ ਪਹਿਲਾਂ ਪਾਵਰ ਨੂੰ ਪੋਜ਼ਿਟਿਵ ਕਰਾਂਗੇ ਪਾਵਰ ਨੂੰ ਪੋਜ਼ਿਟਿਵ ਕਰਨ ਲਈ ਪ੍ਰੋਪਰਟੀ ਇਫ a ਬਾਈ b ਰੇਸ ਟੂ ਪਾਵਰ ਮਾਈਨਸ m ਹੈ ਤਾਂ ਕਿਹਦੇ ਇਕੁਅਲ ਆਊਗਾ b ਅਪਨ a ਰੇਸ ਟੂ ਪਾਵਰ m ਮਤਲਬ ਇਹਦਾ ਰੈਸੀਪ੍ਰੋਕਲ ਕਰ ਦੇਵਾਂਗੇ ਤੇ ਪਾਵਰ ਕੀ ਹੋ ਜੂਗੀ ਪੋਜ਼ਿਟਿਵ ਹੁਣ 1 ਬਾਈ 3 ਹੈ ਤੇ ਕੀ ਆ ਜੂਗਾ ਆਪਣੇ ਕੋਲ 3 ਬਾਈ 1 ਮਾਈਨਸ ਕੀ ਆ ਗਿਆ ਆਪਣੇ ਕੋਲ 4 ਬਾਈ 1 ਤੇ ਹੋਲ ਦੀ ਪਾਵਰ ਕੀ ਹੈ ਸਾਡੇ ਕੋਲ ਮਾਈਨਸ 1 ਹੁਣ ਇਹ ਸਿੰਪਲ ਕੀ ਬਣ ਗਿਆ 3 ਮਾਈਨਸ 4 ਰੇਸ ਟੂ ਪਾਵਰ ਮਾਈਨਸ 1 ਹੁਣ 3 ਮਾਈਨਸ 4 ਕੀ ਆ ਗਿਆ ਮਾਈਨਸ 1 ਬਿਕੋਜ਼ 4 ਵੱਡਾ ਹੈ ਤੇ ਸਾਈਨ ਕਰਦਾ ਹੈ ਮਾਈਨਸ ਦਾ ਹੁਣ ਅਗੇਨ ਫਿਰ ਪਾਵਰ ਮਾਈਨਸ ਦੀ ਅਸੀਂ ਪੋਜ਼ਿਟਿਵ ਚ ਲੈ ਕੇ ਜਾਵਾਂਗੇ ਦੈਟ ਇਜ਼ 1 ਬਾਈ ਮਾਈਨਸ 1 ਰੇਸ ਟੂ ਪਾਵਰ 1 ਜਿਵੇਂ ਅਸੀਂ ਕਹਿ ਸਕਦੇ ਹਾਂ ਮਾਈਨਸ 1 ਦੈਟਸ ਆਨਸਰ ਨੈਕਸਟ ਦੇਖੋ ਇਸੇ ਤਰ੍ਹਾਂ ਹੀ ਫਿਰ ਇੱਥੇ ਆਪਣੇ ਕੋਲ ਪਾਵਰ ਕਾਦੀ ਹੈ ਮਾਈਨਸ ਦੀ ਹੈ ਅਸੀਂ ਸਭ ਤੋਂ ਪਹਿਲਾਂ ਪਾਵਰ ਨੂੰ ਪੋਜ਼ਿਟਿਵ ਬਣਾਵਾਂਗੇ ਪਾਵਰ ਨੂੰ ਪੋਜ਼ਿਟਿਵ ਕਰਦੇ ਹਾਂ ਸੇਮ ਪ੍ਰੋਪਰਟੀ ਜੋ ਅਸੀਂ ਇਧਰਲੇ ਸਮ ਯੂਜ਼ ਕੀਤੀ 8 ਬਾਈ 5 ਰੇਸ ਟੂ ਪਾਵਰ ਕੀ ਆ ਗਿਆ 7 ਰੈਸੀਪ੍ਰੋਕਲ ਕੀਤਾ ਪਾਵਰ ਕੀ ਹੋ ਗਈ ਪੋਜ਼ਿਟਿਵ ਨੈਕਸਟ ਅਗੇਨ ਫਿਰ ਰੈਸੀਪ੍ਰੋਕਲ ਕਰਾਂਗੇ ਰੈਸੀਪ੍ਰੋਕਲ ਕਰਾਂਗੇ ਕੀ ਆ ਗਿਆ ਆਪਣੇ ਕੋਲ 5 ਬਾਈ 8 ਰੇਸ ਟੂ ਪਾਵਰ 4 ਹੁਣ ਆਪਣੇ ਕੋਲ 8 ਰੇਸ ਟੂ ਪਾਵਰ 7 ਇਧਰ 8 ਰੇਸ ਟੂ ਪਾਵਰ 4 ਹੈ ਸਾਨੂੰ ਪਤਾ ਹੈ ਦੋਨੋਂ ਟਰਮਸ ਮਲਟੀਪਲਾਈ ਹੋ ਰਹੀਆਂ ਅਸੀਂ ਅਲੱਗ ਅਲੱਗ ਸਾਰਿਆਂ ਦੀ ਪਾਵਰ ਲਿਖ ਸਕਦੇ ਹਾਂ 5 ਰੇਸ ਟੂ ਪਾਵਰ 4 ਔਰ 8 ਰੇਸ ਟੂ ਪਾਵਰ 4 ਦੋ ਮੈਥਡਸ ਨੇ ਚਾਹੇ ਤਾਂ ਅਸੀਂ ਇੱਥੇ ਡਾਇਰੈਕਟ ਪਾਵਰਸ ਨੂੰ ਕੈਨਸਲ ਕਰ ਸਕਦੇ ਹਾਂ ਹੈ ਨਾ ਤੇ ਜਾਂ ਇਹਨੂੰ ਖੋਲ ਕੇ ਇਕੱਲੇ ਇਕੱਲੇ ਨੂੰ ਖੋਲ ਕੇ ਲਿਖ ਲਓ ਫਿਰ ਕੈਨਸਲ ਕਰ ਲਓ ਜਿਵੇਂ ਈਜ਼ੀ ਲੱਗੇ ਜਿਵੇਂ ਕਿ ਚਲੋ ਆਪਾਂ ਐਜ਼ ਇਟ ਕਰ ਲੈਂਦੇ ਹੁਣ 8 ਰੇਸ ਟੂ ਪਾਵਰ 4 ਹੈ ਇੱਥੇ 8 ਰੇਸ ਟੂ ਪਾਵਰ 7 ਹੈ ਇਹ ਕੈਨਸਲ ਹੋ ਗਿਆ 4 ਇੱਥੇ ਸਾਡੇ ਕੋਲ ਕਿੰਨੀਆਂ ਟਰਮਸ ਬਚੀਆਂ 7 ਮਾਈਨਸ 4 ਕੀ ਆ ਗਿਆ ਆਪਣੇ ਕੋਲ 5 6 7 ਯਾਨੀ 8 ਰੇਸ ਟੂ ਪਾਵਰ 3 ਬਚ ਗਿਆ ਇਸੇ ਤਰ੍ਹਾਂ 5 ਰੇਸ ਟੂ ਪਾਵਰ 7 ਸੀ ਆਪਣੇ ਕੋਲ 4 ਕੈਨਸਲ ਹੋ ਗਿਆ ਕੀ ਬਚਿਆ ਆਪਣੇ ਕੋਲ 3 ਬਚ ਗਿਆ ਆਪਣੇ ਕੋਲ ਦੈਟ ਮੀਨਸ ਆਪਣੇ ਕੋਲ ਬਚਿਆ ਕਿ 8 ਰੇਸ ਟੂ ਪਾਵਰ 3 ਆਰ ਅਪਨ 5 ਰੇਸ ਟੂ ਪਾਵਰ 3 8 ਰੇਸ ਟੂ ਪਾਵਰ 3 ਯਾਨੀ 8 ਕਿਊਬ 8 ਮਲਟੀਪਲਾਈ 8 ਮਲਟੀਪਲਾਈ 8 5 ਮਲਟੀਪਲਾਈ 5 ਮਲਟੀਪਲਾਈ 5 ਯਾਨੀ 8 ਦਾ ਕਿਊਬ 512 5 ਦਾ ਕਿਊਬ 125 ਇਹ ਕੀ ਆ ਗਿਆ ਆਨਸਰ